ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦਾ ਜਿਉਣਾ ਮੁਸ਼ਕਿਲ ਕੀਤਾ ਹੋਇਆ ਹੈ। ਇੱਥੋਂ ਤੱਕ ਕਿ ਘਰਾਂ ਵਿੱਚੋਂ ਬਾਹਰ ਨਿਕਲਣ ਦੇ ਲਈ ਵੀ ਬੰਦਾ 100 ਵਾਰ ਸੋਚਦਾ ਹੈ। ਕਿਤੇ ਨਾ ਕਿਤੇ ਗਰਮੀ ਦਾ ਕਹਿਰ ਮੌਤ ਦਾ ਵੀ ਕਾਰਨ ਬਣ ਰਿਹਾ ਹੈ। ਅਜਿਹਾ ਹੀ ਮਾਮਲਾ ਗੁਰਦਾਸਪੁਰ ਦੇ ਬਟਾਲੇ 'ਚ ਦੇਖਣ ਨੂੰ ਮਿਲਿਆ, ਜਿੱਥੇ 46 ਸਾਲਾ ਵਿਅਕਤੀ ਸੁਦੇਸ਼ ਕੁਮਾਰ ਸਵੇਰੇ ਬਟਾਲੇ ਦੇ ਨੇੜੇ ਕਸਬਾ ਕਾਦੀਆਂ ਤੋਂ ਸਾਈਕਲ ਉੱਤੇ ਘਰੋਂ ਨਿਕਲਦਾ ਹੈ, ਪਰ ਵਾਪਸ ਘਰ ਜਾਂਦੇ ਸਮੇਂ SSP ਦਫ਼ਤਰ ਦੇ ਨੇੜੇ ਡਾਕਖਾਨੇ ਦੇ ਬਾਹਰ ਸਾਹ ਲੈਣ ਲਈ ਰੁਕਦਾ ਹੈ ਤਾਂ ਅਚਾਨਕ ਹਾਲਤ ਵਿਗੜ ਜਾਂਦੀ ਹੈ, ਜਿਸ ਤੋਂ ਬਾਅਦ ਉਹ ਉੱਥੇ ਹੀ ਡਿੱਗ ਜਾਂਦਾ ਹੈ। ਜਦੋਂ ਨੇੜੇ ਪੜੀ ਵਾਲਿਆਂ ਨੇ ਉਸਨੂੰ ਦੇਖਿਆ ਤਾਂ ਥੋੜ੍ਹਾ ਬਹੁਤ ਸਾਹ ਆ ਰਿਹਾ ਸੀ, ਪਰ ਉਹ ਵੀ ਔਖਾ ਲੈ ਰਿਹਾ ਸੀ। ਜਦੋਂ ਪੁਲਿਸ ਉਸ ਤੱਕ ਪਹੁੰਚੀ ਤਾਂ ਉਸਦੀ ਜਾਨ ਜਾ ਚੁੱਕੀ ਸੀ। ਕਾਂਤੀ ਇਹ ਕਦੋਂ ਬੰਦਾ ਆਇਆ ਤੁਹਾਡੇ ਕੋਲ? ਇਹ ਕੋਈ 1:30 ਵਜੇ ਦੇ ਕਰੀਬ ਇੱਥੇ ਲੰਬੇ ਪਿਆ ਸੀ। ਅੱਛਾ, ਹਾਂਜੀ। ਤੇ ਕੀ ਕਹਿੰਦਾ, ਕੋਈ ਮੁਸ਼ਕਲ ਆ ਇਹਨੂੰ? ਕੀ ਹੋਇਆ? ਜਦੋਂ ਇਹ ਚੰਗਾ ਪੜਾ ਸੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ, ਜਦੋਂ ਇਹ ਰਿੜ ਕੇ ਆਇਆ ਨਾ ਸਮਥਲੇ ਤੇ ਮੈਂ ਪੁੱਛਿਆ ਵੀ ਕੀ ਹੋਣ ਡਿਆ ਤੈਨੂੰ? ਕਹਿੰਦਾ ਮੇਰੇ ਪੇਟ ਵੱਢਣ ਡਿਆ ਵਾ, ਟੁੱਟਦਾ ਪਿਆ ਵਾ। ਅੱਛਾ। ਤੇ ਮੈਂ, ਤੂੰ ਕਿਹੜਾ ਪਿੰਡ ਦਾ? ਕਹਿੰਦਾ ਮੈਂ ਕਾਦੀਆਂ ਦਾ ਵਾਂ। ਫਿਰ ਉਹਨਾਂ ਨੇ ਕਿਹਾ ਮੈਨੂੰ ਥਾਣੇ ਜਾ ਕੇ ਨਾ ਅਗਲੇ ਬੰਨੇ ਕਰ ਦੂ, ਆਹ ਗੱਲ ਕਹੀ ਹੈ। ਫਿਰ ਮੈਂ ਥਾਣੇ ਗਿਆ, ਫਿਰ ਇਹ ਬਹੁਤ ਲੰਬੇ ਲੰਬੇ ਸਾਹ ਲੈਣ ਡਿਆ ਸੀ। ਫਿਰ ਮੈਂ ਗਿਆ ਪੁਲਿਸ ਵਾਲਿਆਂ ਕੋਲੋਂ, ਮੈਂ ਭਾਅ ਜੀ ਲੰਬੇ ਲੰਬੇ ਸਾਹ ਲੈਣ ਡਿਆ ਤੇ ਆਣ ਕੇ ਵੇਖੋ। ਫਿਰ ਉਹ ਆਏ ਪੁਲਿਸ ਵਾਲੇ, ਫਿਰ ਉਹਨਾਂ ਨੇ ਫੋਨ ਕੱਢਿਆ ਆਪਣੇ, ਉਹਨਾਂ ਦੇ ਜੇਬੇ ਫੋਨ ਕੱਢਿਆ ਤੇ ਉਹਨਾਂ ਨੇ ਫੋਨ ਲਾਇਆ ਬਈ ਤੁਹਾਡਾ ਬੰਦਾ ਇੱਥੇ ਡਿੱਗਿਆ ਦਾ ਅਤੇ ਕਾਦੀਆਂ ਦਾ ਆਣ ਕੇ ਲੈ ਜਾਓ। ਤਾਂ ਇਹ ਇੰਨੀ ਗੱਲ ਕਰਕੇ ਉਹ ਚਲੇ ਗਏ ਆ। ਉਹ ਚੱਲਣ ਤੋਂ ਬਾਅਦ 2-3 ਮਿੰਟ ਬਾਅਦ ਇਹ ਲੰਬੇ ਲੰਬੇ ਸਾਹ ਲੱਗੇ, 2-3 ਸਾਹ ਲਏ ਉਹਨਾਂ ਨੇ, ਇਹ ਮੁੜ ਕੇ ਪੂਰੇ ਹੋ ਗਏ। ਤੁਸੀਂ ਪਾਣੀ ਪੂਣੀ ਵੀ ਪਿਆ? ਪਾਣੀ ਤਾਂ ਪਹਿਲਾਂ ਪਾਣੀ ਮੰਗਿਆ ਸੀ, ਫਿਰ ਪਾਣੀ 2 ਘੁੱਟ ਲਲਕੇ 'ਚ ਪਾਣੀ ਪਿਲਾਇਆ। ਇੱਥੇ ਤੁਹਾਡੇ ਕੋਈ ਚੀਜ਼ ਲੈਣ ਆਇਆ ਸੀ, ਕੀ ਕਰਨਾ? ਨਹੀਂ ਆਇਆ, ਇਹ ਪਹਿਲੀ ਵਾਰੀ ਵੇਖਿਆ ਇਹਨਾਂ ਨੂੰ ਇੱਥੇ। ਅੱਛਾ, ਚੀਜ਼ ਲੈ ਪਹਿਲੀ ਵਾਰੀ ਵੇਖਿਆ ਆਪਾਂ ਨੇ ਉੱਥੇ। ਫਿਰ ਮੈਂ ਜਾ ਕੇ ਪੁਲਿਸ ਨੂੰ ਦੱਸਿਆ, ਉਹ ਪੁਲਿਸ ਵਾਲਿਆਂ ਨਾਲ ਸਾਹ ਚੱਲਣ ਡਿਆ ਸੀ ਅਤੇ ਉਹ ਇੰਨੀ ਗੱਲ ਕਰਕੇ ਫੋਨ ਕਰਕੇ ਵੀ ਤੁਹਾਡਾ ਬੰਦਾ ਇੱਥੇ ਡਿੱਗਿਆ ਵਾ, ਆਣ ਕੇ ਲੈ ਜਾਓ, ਹਜੇ ਤੱਕ ਆਇਆ ਕੋਈ ਨਹੀਂ। ਤੁਹਾਨੂੰ ਕਿਹਾ ਕੋਈ ਕਿ ਮੇਰੇ ਘਰ ਘੁਰ ਫੋਨ ਕਰ ਦਿਓ? ਨਹੀਂ, ਉਹ ਕਹਿੰਦਾ ਮੈਂ ਉਹਨੇ ਪੁੱਛਿਆ ਤੁਹਾਡੇ ਕੋਲ ਫੋਨ ਨੰਬਰ ਹੈਗਾ, ਕਹਿੰਦਾ ਉਹ ਬੋਲਿਆ ਨਹੀਂ। ਫਿਰ ਆਪਣੇ ਜੇਬੇ ਉਹਨਾਂ ਨੇ ਫੋਨ ਕੱਢਿਆ, ਫਿਰ ਅਸੀਂ ਫੋਨ ਲਾਇਆ ਅਤੇ ਸਾਡੀ ਉਹਨੇ ਫੋਨ ਚੁੱਕਿਆ ਨਹੀਂ ਉਹਨਾਂ ਨੇ। ਫਿਰ ਮੈਂ ਪੁਲਿਸ ਵਾਲੇ ਨੂੰ ਗਿਆ, ਮੈਂ ਭਾਅ ਜੀ ਫੋਨ ਕਰਕੇ ਪੁੱਛੋ। ਫਿਰ ਉਹਨਾਂ ਨੇ ਫੋਨ ਕੀਤਾ, ਫਿਰ ਉਹਨਾਂ ਨੇ ਕਿਹਾ ਵੀ ਤੁਹਾਡਾ ਬੰਦਾ ਇਹ ਗੇਟ ਦੇ ਆਪਣੇ ਇੱਥੇ ਪਿਆ ਵਾ ਲੰਮੇ, ਅਤੇ ਆਣ ਕੇ ਲੈ ਜਾਓ। ਇੰਨੀ ਗੱਲ ਕੀਤੀ ਜੇ ਤੋਂ ਚੱਲ ਗਏ ਤਾਂ ਉਹ 2 ਸੈਕਿੰਡ ਹੋਏ ਅਤੇ ਉਹ ਮਤਲਬ ਪੂਰੇ ਹੋ ਗਏ। ਇੱਥੇ ਕਈ ਬੰਦੇ ਇੱਥੇ ਖਲੋਤੇ ਸੀ, ਆਹ ਗੱਲਬਾਤ। ਅਤੇ ਫਿਰ ਮੁੰਡੇ ਕਿਹਾ ਵੀ ਮੈਂ ਉੱਥੇ ਫਿਰ ਰਿਪੋਰਟ ਵੀ ਦੇਣ ਗਿਆ ਉਹਨਾਂ ਨੂੰ, ਮੈਂ ਉੱਥੇ ਬੰਦਾ ਇੱਕ ਪੂਰਾ ਹੋ ਗਿਆ ਤਾਂ ਆਣ ਕੇ ਤਿਆਰੀ ਕਰ ਲਓ। ਇਹ ਆਪਣੇ ਸ਼ਹੀਦ ਮੇਰੀ ਵਾਰਡ ਦੇ ਸੀ ਅਤੇ ਵਧੀਆ ਇਨਸਾਨ ਸੀ ਅਤੇ ਕਾਦੀਆਂ ਤੋਂ ਬਟਾਲੇ ਆਏ ਅਤੇ ਇਹਨਾਂ ਕੋਲ ਕਹਿ ਲਓ ਵੀ ਇਹਨਾਂ ਕੋਲ ਗਰਮੀ ਜਿਹੜੀ ਇੰਨੀ ਕੁ ਜ਼ਿਆਦਾ ਪੈ ਰਹੀ, ਨਹੀਂ ਸਾਰੀ ਗਈ ਗਰਮੀ ਕਰਕੇ ਇਹਨਾਂ ਨੂੰ ਅਟੈਕ ਹੋ ਗਿਆ, ਉਹਨੇ ਡੈਥ ਹੋ ਗਈ। ਉਹ ਦੇਖਦੇ ਹਾਂ, ਫੋਨ ਕੀਤਾ ਆਪਾਂ, ਜੋ ਵੀ ਬਣਦੀ ਕਾਰਵਾਈ ਕਰਾਵਾਂਗੇ। ਇਹ ਆਪਣੇ ਲੱਗੇ ਸੀ, ਦੁਕਾਨ 'ਤੇ ਲੱਗੇ ਸੀ, ਦੁਕਾਨ 'ਤੇ ਕਾਦੀ ਉਮਰ ਹੈਗੀ 46-47 ਸਾਲ। ਉਧਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ। ਡੈਡ ਬਾਡੀ ਸਾਨੂੰ ਨਾ ਇੱਕ ਇੱਥੋਂ ਜਾ ਕੇ ਚੌਂਕੀ ਕਿਸੇ ਨੇ, ਇੱਥੋਂ ਜਿਹੜੇ ਦੁਕਾਨ ਵਾਲੇ, ਇਹਨਾਂ ਦੱਸਿਆ ਸੀ ਵੀ ਕੋਈ ਬੰਦਾ ਵਾ ਉਹਦੀ ਹਾਲਾਤ ਖਰਾਬ ਆ ਅਤੇ ਪੋਸਟ ਜਿਹੜਾ ਆਪਣਾ ਡਾਕਖਾਨਾ ਇਹਦੇ ਸਾਹਮਣੇ ਗੇਟ 'ਤੇ ਪਿਆ। ਇੱਥੇ ਜਦੋਂ ਆਣ ਕੇ ਵੇਖਿਆ ਤਾਂ ਇਹ ਉਦੋਂ ਕੁਝ ਥੋੜ੍ਹਾ ਜਿਹਾ ਇਹਨਾਂ ਦਾ ਸਾਹ ਚੱਲਦਾ ਸੀ, ਇਹਨਾਂ ਨੂੰ ਪਾਣੀ ਪੂਣੀ ਵੀ ਇਹਨਾਂ ਨੂੰ ਪਿਆ ਵਾ, ਉੱਧਰ 108 'ਤੇ ਫੋਨ ਵੀ ਕੀਤਾ ਵੀ ਸ਼ਾਇਦ ਜੇ ਹੋਏ, ਜਦੋਂ 108 ਤੋਂ ਪਹਿਲਾਂ ਇਹਨਾਂ ਜਿਹੜੀ ਆ ਡੈਥ ਹੋ ਚੁੱਕੀ। ਇੱਥੋਂ ਇਹ ਲੱਗਦਾ ਹੈ ਵੀ ਜਿੱਦਾਂ ਕੋਈ ਗਰਮੀ ਕਰਕੇ ਜਾਂ ਅਟੈਕ ਟੂਕ ਹੋ ਗਿਆ ਉਹਦੇ ਕਰਕੇ ਇਹਨਾਂ ਡੈਥ ਹੋਈ ਆ। ਬਾਕੀ ਇਹਨਾਂ ਦੇ ਵਾਰਸਾਂ ਨੂੰ ਕਨੈਕਟ ਕੀਤਾ ਸੀ ਆਪਾਂ ਫੋਨ 'ਤੇ, ਉਹ ਆ ਗਏ ਆ। ਇਹ ਧਰਮਪੁਰਾ ਮੁਹੱਲਾ ਕਾਦੀਆਂ ਦੇ ਕੋਈ ਰਹਿਣ ਵਾਲੇ ਆ, ਸੁਦੇਸ਼ ਕੁਮਾਰ ਇਹਨਾਂ ਦਾ ਨਾਮ। ਹੁਣ ਉਹਨਾਂ ਦੇ ਵਾਰਸ ਆ ਗਏ, ਉਹਨਾਂ ਨੇ ਗੱਲਬਾਤ ਕਰਦੇ ਹਾਂ, ਜੋ ਜਿੱਦਾਂ ਉਹ ਕਹਿਣਗੇ ਫਿਰ ਉਸ ਮੁਤਾਬਕ ਅਗਲੀ ਕਾਰਵਾਈ ਆਪਾਂ ਕਰਾਂਗੇ। ਗੁਰਦਾਸਪੁਰ ਤੋਂ ਜਤਿੰਦਰ ਕੁੰਡਲ ਰਿਪੋਰਟ। ਜੇਕਰ ਤੁਸੀਂ ਮਰਦਾਨਾ ਕਮਜ਼ੋਰੀ ਤੋਂ ਹੋ ਪਰੇਸ਼ਾਨ, ਜਿਵੇਂ ਨਸਾਂ ਦੀ ਕਮਜ਼ੋਰੀ, ਸੈਕਸ ਇੱਛਾ ਦੀ ਕਮੀ, ਬਚਪਨ 'ਚ ਕੀਤੀਆਂ ਗਲਤੀਆਂ, ਤਾਂਤ, ਸ਼ਿਕਰ ਪਤਨ, ਘੱਟ ਸ਼ੁਕਰਾਣੂ ਜਾਂ ਪਿਸ਼ਾਬ ਨਾਲ ਵਿਰਜ ਆਉਣਾ, ਤਾਂ ਹੁਣ ਘਬਰਾਉਣ ਦੀ ਨਹੀਂ ਲੋੜ। ਤੁਹਾਡੀ ਹਰ ਬਿਮਾਰੀ ਦਾ ਇਲਾਜ ਕਰਨਗੇ ਡਾਕਟਰ ਲਲਿਤ ਵਰਮਾ। ਹੁਣ ਕਦੋਂ ਤੱਕ ਗੁਪਤ ਰੋਗਾਂ ਨੂੰ ਛੁਪਾਉਂਦੇ ਰਹੋਗੇ? ਉਮਰ ਹੋਵੇ 25 ਜਾਂ 80 ਸਾਲ, ਡਰ ਡਰ ਨਾ ਭਟਕੋ, ਅਸੀਂ ਕਰਾਂਗੇ ਸਫਲ ਇਲਾਜ। ਅਨੇਕਾਂ ਡਾਕਟਰ ਹਕੀਮਾਂ ਤੋਂ ਪੁੜੀਆਂ ਖਾ ਕੇ ਤੰਗ ਆ ਚੁੱਕੇ ਮਰੀਜ਼ ਅੱਜ ਹੀ ਆਓ, ਤਾਕਤ, ਜੋਸ਼ ਅਤੇ ਜਵਾਨੀ ਲਈ ਆਖਰੀ ਉਮੀਦ। ਵਰਮਾ ਆਯੁਰਵੈਦਿਕ ਦਵਾਖਾਨਾ, ਨਾਈਆਂ ਵਾਲਾ ਚੌਂਕ, ਫਗਵਾੜਾ। ਹੁਣੇ ਫੋਨ ਕਰੋ 98144-6674, 98150-6674।